इस बुलेटिन दे प्रस्तुत करता ने न्यूयॉर्क गोल्ड जैक्सन हाइट्स अते myticketbuyair.com। सत श्री अकाल, देश विदेश विच अपना पंजाब NRI TV चैनल देख रहे दर्शकों दा मैं कमलप्रीत स्वागत करदी हां। सब तो पहला हुण तक दीआं मुख खबरां। पंजाब ते हरियाणा हाई कोर्ट दे फैसले तो बाद मार्शल नूं बचाउण लई कैप्टन पब्बा पार। राणा गुरजीत दे पुत्तर तो ईडी ने कीती 7 घंटे पुछगिछ। सूत्रों तो पता लग्या है कि मुख्यमंत्री दे खासम खास सेवा मुक्त IAS अधिकारी सुरेश कुमार ने कैप्टन सरकार ने अपने एडवोकेट जनरल नो इस फैसले नो खोलन ते संभव कानूनी हाल तलाशन ने कहा है। इस तो बाद कैप्टन सरकार हाई कोर्ट दे इस फैसले नो जां ता डबल बेंच कोर्ट चैलेंज कर सकती है ते जां सुप्रीम कोर्ट दा रोक कर सकती है। सूत्र दसदे हन कि मुख्यमंत्री कैप्टन अमरिंदर सिंह ने एडवोकेट जनरल अतुल नंदा नु कहा है कि उह इस फैसले नु स्टडी करन। कैप्टन सरकार कोल इस फैसले नु चुनौती देन दे ਲਈ ਕਈ ਕਾਨੂੰਨ ਵਿਕਲਪ ਮੌਜੂਦ ਹਨ ਅਤੇ ਮੁੱਖ ਮੰਤਰੀ ਉਹਨਾਂ ਨੂੰ ਵਰਤਨ ਦੇ ਰੌ ਵਿੱਚ ਜਾਪਦੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਪੁੱਤਰ ਤੋਂ ED ਨੇ 7 ਘੰਟੇ ਤੋਂ ਵੱਧ ਪੁੱਛਤਾਛ ਕੀਤੀ ਹੈ। ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਪੁੱਤਰ ਇੰਦਰ ਪ੍ਰਤਾਪ ਸਿੰਘ ਜਲੰਧਰ ED ਸਾਹਮਣੇ ਪੇਸ਼ ਹੋਏ। ਰਾਣਾ ਇੰਦਰ ਪ੍ਰਤਾਪ ਸਿੰਘ ਦੁਪਹਿਰ ਲਗਭਗ 12:30 ਵਜੇ ED ਦਫ਼ਤਰ ਵਿੱਚ ਦਾਖਲ ਹੋਏ ਅਤੇ ਸ਼ਾਮ 7:30 ਵਜੇ ਤੱਕ 7 ਘੰਟੇ ਤੱਕ ਚੱਲੀ ਲੰਮੀ ਪੁੱਛਗਿੱਛ ਤੋਂ ਬਾਅਦ ਦਫ਼ਤਰ ਤੋਂ ਬਾਹਰ ਆਏ। ਦੱਸਣਯੋਗ ਹੈ ਕਿ ਬੀਤੇ ਦਿਨੀ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਸੰਮਨ ਜਾਰੀ ਕੀਤੇ ਗਏ ਸਨ। ਇੰਦਰ ਪ੍ਰਤਾਪ ਸਿੰਘ ਨੂੰ ਇਹ ਸੰਮਨ ਆਪਣੀ ਕੰਪਨੀ ਰਾਣਾ ਸ਼ੂਗਰਸ ਲਿਮਿਟਡ ਦੇ ਨਾਂ ਤੇ ਵਿਦੇਸ਼ ਵਿੱਚ ਸ਼ੇਅਰ ਅਤੇ GDRs ਦੇ ਰੂਪ ਵਿੱਚ 1.8 ਕਰੋੜ ਅਮਰੀਕੀ ਡਾਲਰ ਜੁਟਾਉਣ ਦੇ ਦੋਸ਼ ਵਿੱਚ ਜਾਰੀ ਕੀਤੇ ਗਏ ਸਨ। ED ਨੇ ਇੰਦਰ ਪ੍ਰਤਾਪ ਸਿੰਘ ਨੂੰ 17 ਜਨਵਰੀ ਤੱਕ ਪੇਸ਼ ਹੋਣ ਲਈ ਕਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਨਾਲ ਇੱਕ ਰੋਡ ਸ਼ੋਅ ਕੀਤਾ ਅਤੇ ਇਸ ਦੇ ਨਾਲ ਹੀ ਉਹਨਾਂ ਭਾਰਤ ਦੇ ਸੱਭਿਆਚਾਰ ਦੇ ਵੱਖ-ਵੱਖ ਰੰਗ ਉਹਨਾਂ ਨੂੰ ਦਿਖਾਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜ਼ਾਮਿਨ ਨੇਤਨਯਾਹੂ ਆਪਣੀ ਪਤਨੀ ਨਾਲ ਅਹਿਮਦਾਬਾਦ ਪੁੱਜੇ। ਦੋਵੇਂ ਪ੍ਰਧਾਨ ਮੰਤਰੀਆਂ ਨੇ 8 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਹਵਾਈ ਅੱਡੇ ਤੋਂ ਸ਼ੁਰੂ ਹੋ ਕੇ ਰੋਡ ਸ਼ੋਅ ਸਾਬਰਮਤੀ ਆਸ਼ਰਮ ਤੇ ਜਾ ਖਤਮ ਹੋਇਆ। ਰੋਡ ਸ਼ੋਅ ਦੌਰਾਨ ਲੱਖਾਂ ਲੋਕ ਸੜਕਾਂ ਤੇ ਖੜੇ ਸਨ। ਪ੍ਰਧਾਨ ਮੰਤਰੀ ਦੇ ਗ੍ਰਹਿ ਰਾਜ ਪਹੁੰਚਣ ਤੇ ਉਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਪਤਨੀ ਸਾਰਾ ਨੇਤਨਯਾਹੂ ਨੂੰ ਸਰਦਾਰ ਵੱਲਭ ਭਾਈ ਪਟੇਲ ਹਵਾਈ ਅੱਡੇ ਤੋਂ ਲੈਣ ਗਏ। ਇਸ ਸਮੇਂ ਦੌਰਾਨ 50 ਸਟੇਜ ਸੜਕ ਕਿਨਾਰੇ ਲਾਏ ਜਿੱਥੇ ਵੱਖ-ਵੱਖ ਰਾਜਾਂ ਦੇ ਕਲਾਕਾਰ ਮਹਿਮਾਨਾਂ ਨੇ ਆਪਣੀ ਪੇਸ਼ਕਾਰੀ ਪੇਸ਼ ਕਰ ਰਹੇ ਸਨ। ਸੜਕਾਂ ਤੇ ਦੋਵੇਂ ਪਾਸੇ ਭਾਰਤ ਤੇ ਇਜ਼ਰਾਈਲ ਦੇ ਵੱਡੇ ਝੰਡੇ ਲਾ ਕੇ ਵੱਡੀ ਗਿਣਤੀ 'ਚ ਲੋਕ ਖੜੇ ਸਨ। ਮੋਦੀ ਤੇ ਨੇਤਨਯਾਹੂ ਨੇ ਹੱਥ ਹਿਲਾ ਕੇ ਲੋਕਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ। ਖਬਰਾਂ ਦੇ ਵਿੱਚ ਫਿਲਹਾਲ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੇ ਉਸ ਪਾਰ ਵੀ ਖਬਰਾਂ ਜਾਰੀ ਰਹਿਣਗੀਆਂ। ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ, ਹੁਣ ਹਵਾਈ ਟਿਕਟ ਜਲਦ ਅਤੇ ਸਸਤੀ ਮਿਲੇਗੀ। ਸਾਡੇ ਦਫ਼ਤਰ ਨਿਊਯਾਰਕ, ਚੰਡੀਗੜ੍ਹ, ਦਿੱਲੀ ਤੇ ਜਲੰਧਰ ਵਿੱਚ ਖੁੱਲ੍ਹੇ ਹਨ। ਉੱਥੇ ਸੰਪਰਕ ਕਰਕੇ ਇਹ ਟਿਕਟ ਬੁੱਕ ਕਰਵਾਈ ਜਾ ਸਕਦੀ ਹੈ। ਸਾਡਾ ਫੋਨ ਨੰਬਰ ਹੈ 5162743666 ਤੇ ਟੋਲ ਫ੍ਰੀ ਨੰਬਰ ਹੈ 8338177200। ਆਪਣਾ ਪੰਜਾਬ ਗਰੁੱਪ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਏ ਨੇ ਕੈਨਮ ਫੋਨ। ਮੈਂ ਕਿਹਾ ਕਿੱਥੇ ਐ, ਮੈਂ ਤਾਂ ਕੈਨਮ ਦੇ ਗਈ ਸੀ। ਉਹ ਕੈਨਮ ਕੀ? ਕੈਨਮ ਫੋਨ, ਪਿਨਲੈਸ ਫੋਨ ਸਰਵਿਸ, ਸਾਫ ਸੁਥਰੀ ਆਵਾਜ਼, ਕੋਈ ਵਾਧੂ ਚਾਰਜ ਨਹੀਂ। ਕੈਨੇਡਾ ਤੇ ਅਮਰੀਕਾ ਤੋਂ ਇੱਕੋ ਹੀ ਰੇਟ, ਇੰਡੀਆ ਸੈੱਲ ਤੇ ਲੈਂਡਲਾਈਨ ਇੱਕੋ ਹੀ ਰੇਟ ਤੇ ਨਾਲੇ 1500 ਮਿੰਟ ਫ੍ਰੀ। ਜਿੰਨੀ ਗੱਲ ਕਰੀਏ ਉਨੇ ਹੀ ਪੈਸੇ ਕੱਟਣਗੇ? ਜੀ ਹਾਂ, ਭਰੋਸੇਯੋਗ ਸਰਵਿਸ। ਅੱਜ ਹੀ ਕਾਲ ਕਰੋ 7185761201 ਅਤੇ 7185761840 ਤੇ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। ਸੰਯੁਕਤ ਰਾਸ਼ਟਰ ਦੀ ਬਦਲਦੀ ਜਾ ਰਹੀ ਪ੍ਰਣਾਲੀ ਨੂੰ ਲੈ ਕੇ ਇੱਕ ਬਿਆਨ ਆਇਆ ਅਤੇ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਜਿਸ ਤਰ੍ਹਾਂ ਆਪਣੇ ਨਿਯਮਾਂ ਦੇ ਵਿੱਚ ਲਗਾਤਾਰ ਬਦਲਾਵ ਕਰ ਰਿਹਾ ਹੈ, ਇਹ ਉਸ ਦੇ ਵਿਕਾਸ ਦੀ ਇੱਕ ਨਿਸ਼ਾਨੀ ਵੀ ਹੈ।
ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਨੀਤੀ ਦਾ ਟੀਚਾ ਰਾਸ਼ਟਰੀ ਸੁਰੱਖਿਆ ਦੇ ਹਿੱਤਾਂ ਨੂੰ ਅੱਗੇ ਵਧਾਉਣਾ ਹੈ। ਪ੍ਰਿੰਸੀਪਲ ਡੀਪਟੀ ਅਸਿਸਟੈਂਟ ਅਟਾਰਨੀ ਜਨਰਲ ਐਡੋ ਕੈਲਕਨ ਨੇ ਕੱਲ੍ਹ ਭਾਵੋ ਦੁਆਰ ਨੂੰ ਇੱਕ ਪੱਤਰਕਾਰ ਸੰਮੇਲਨ ਵਿੱਚ ਇਮੀਗ੍ਰੇਸ਼ਨ ਅਤੇ ਅੱਤਵਾਦ ਸੰਬੰਧੀ ਨਿਆਂ ਮੰਤਰਾਲੇ ਦੀ ਹਾਲੀਆ ਰਿਪੋਰਟ ਦੇ ਬਾਰੇ ਵਿੱਚ ਟਿੱਪਣੀ ਕੀਤੀ। ਰਿਪੋਰਟ ਵਿੱਚ ਕਿਹਾ ਗਿਆ ਹੈ ਅਮਰੀਕਾ ਵਿੱਚ ਪਿਛਲੇ ਡੇਢ ਦਹਾਕਿਆਂ ਵਿੱਚ ਅੱਤਵਾਦ ਸੰਬੰਧੀ ਮਾਮਲਿਆਂ ਵਿੱਚ ਹਰ ਚਾਰ ਵਜੋਂ ਤਿੰਨ ਵਿਦੇਸ਼ੀ ਮੂਲ ਦੇ ਸਨ। ਪਲੈਕਾਗਨ ਨੇ ਕਿਹਾ ਹੈ ਕਿ ਆਂਕੜੇ ਦਰਸਾਉਂਦੇ ਹਨ ਕਿ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੇ ਇੱਛਾ ਰੱਖਣ ਵਾਲੇ ਲੋਕ ਮੌਜੂਦਾ ਇਮੀਗ੍ਰੇਸ਼ਨ ਨੀਤੀ ਦਾ ਨਾਜਾਇਜ਼ ਫਾਇਦਾ ਚੁੱਕਦੇ ਹਨ। ਉਹਨਾਂ ਕਿਹਾ ਕਿ ਟਰੰਪ ਦੀ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਨੀਤੀ ਜਾਂਚ ਵਧਾ ਕੇ ਇਸ ਤਰ੍ਹਾਂ ਦੇ ਵਿਅਕਤੀਆਂ 'ਤੇ ਨਜ਼ਰ ਰੱਖੇਗੀ। ਧੰਨ ਮਨਜੀਤ ਸਿੰਘ ਢੇਸੀ ਨੇ ਅੰਮ੍ਰਿਤਸਰ ਤੋਂ ਸਿੱਧੀਆਂ ਫਲਾਈਟਾਂ ਦੀ ਮੰਗ ਕੀਤੀ ਹੈ। ਇੰਗਲੈਂਡ ਦੇ ਸਲੋ ਹਲਕੇ ਤੋਂ ਸਿੱਖ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਅੰਮ੍ਰਿਤਸਰ ਤੋਂ ਮੁੜ ਸਿੱਧੀਆਂ ਫਲਾਈਟਾਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਹਨਾਂ ਯੂਕੇ ਵਿੱਚ ਜੈੱਟ ਏਅਰਵੇਜ਼ ਦੀ ਮੁੱਖ ਮੈਡਮ ਲਾਇਡਾ ਨਾਜ਼ਰੈਥ ਨਾਲ ਲੰਡਨ ਵਿਖੇ ਮੁਲਾਕਾਤ ਕਰਕੇ ਪੰਜਾਬੀਆਂ ਨੂੰ ਦਰਪੇਸ਼ ਹਵਾਈ ਸਫ਼ਰ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਤੋਂ ਲੰਡਨ ਅਤੇ ਬਰਮਿੰਗਮ ਦੀਆਂ ਸਿੱਧੀਆਂ ਏਅਰ ਫਲਾਈਟਾਂ ਮੁੜ ਸ਼ੁਰੂ ਕੀਤੀਆਂ ਜਾਣ। ਇਸ ਨਾਲ ਪੰਜਾਬੀ ਭਾਈਚਾਰੇ ਨੂੰ ਫਾਇਦਾ ਹੋਵੇਗਾ ਜੋ ਪੰਜਾਬ ਵਿੱਚ ਵੱਖ ਵੱਖ ਥਾਈਂ ਰਹਿੰਦੇ ਹਨ। ਅੱਜ ਦੇ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਹੁੰਦੇ ਹੋ ਆਗਿਆ, ਸਤਿ ਸ਼੍ਰੀ ਅਕਾਲ। ਆਪਣਾ ਪੰਜਾਬ ਨਿਊਜ਼ਪੇਪਰ ਦੇ ਵਿੱਚ ਅਤੇ ਆਪਣਾ ਪੰਜਾਬ NRI TV ਤੇ ਐਡ ਦੇਣ ਲਈ ਸਾਨੂੰ ਸੰਪਰਕ ਕਰੋ। ਸਾਡਾ USA ਦਾ ਫੋਨ ਨੰਬਰ ਹੈ 516-998-3222 ਤੇ ਸਾਡਾ ਇੰਡੀਆ ਦਾ ਫੋਨ ਨੰਬਰ ਹੈ 9815-4000।